दोस्तों आज असीं तुहानूं एक इस तरह के लड्डू बनाउण दी विधि दसांगे जो तुहाडे शरीर विच ताकत भर देवेगा। इस नाल पुराने तो पुराना कमर दर्द, जोड़ां दा दर्द, गठिया, शरीर की कमजोरी अते यादाश्त की कमजोरी इस लड्डू नाल दूर हो जाएगी। चलो हुण तुहानूं दसदे हां ये लड्डू बनाउणे किस तरह हन अते इसदे की फायदे हन अते ए भी दसांगे कि केड़े केड़े लोकां नूं इसका सेवन नहीं करना चाहिदा। इस तों पहलां जे तुसी साडा फेसबुक अते यूट्यूब चैनल सेहत पंजाब हैल्थ सबसक्राइब नहीं कीता तां कर लो। दोस्तों इस लड्डू लई सब तों पहलां तिल लो। तिलां विच कैल्शियम अते अमीनो एसिड भरपूर मात्रा विच हुंदा है जो हड्डियां लई बहुत ज्यादा फायदेमंद हुंदे हन। जे तुहाडे जोड़ां विच दर्द हुंदा है अते शरीर विच बहुत ज्यादा कैल्शियम दी कमी है तां रोजाना तिल दा सेवन जरूर करो। तिल दा रोजाना सेवन करन नाल मांसपेशियां दा दर्द, शरीर विच जकड़न अते जोड़ां विच दर्द नहीं हुंदा। इत्थे आपां 200 ग्राम तिल लवांगे। अगली चीज जो लैनी है वह है अलसी। दोस्तों अलसी दा सेवन करन नाल शरीर दा वजन अते कोलेस्ट्रोल कंट्रोल रहिंदा है। जे तुहानूं दिल संबंधी कोई भी समस्या है, ब्लड प्रेशर दी समस्या है, ब्लड सर्कुलेशन दी समस्या है, जां फिर हमेशा जोड़ां विच अते गोड्यां विच दर्द रहिंदा है, चेहरे ते समय तो पहलां झुर्रियां आ गईयां हन, तां इह अलसी तुहाडे लई बहुत ही ज्यादा फायदेमंद है। इस विच फाइबर भरपूर मात्रा विच हुंदा है जिस नाल पेट दी समस्या अते कब्ज़ दी समस्या ठीक हो जांदी है। इत्थे आपां 200 ग्राम अलसी लवांगे। हुण अगली चीज जो लैनी है वह है गुड़। गुड़ साडियां हड्डियां नूं मजबूत करदा है, शरीर च ताकत भरदा है अते शरीर विच खून की कमी, हीमोग्लोबिन अते आयरन की कमी कदे नहीं होण दिंदा अते पाचन शक्ति नूं भी तेज करदा है। गुड़ दे बहुत ज्यादा फायदे हुंदे हन। इत्थे आपां 300 ग्राम गुड़ लवांगे। हुण अगली चीज जो लैनी है वह है गूंद। गूंद विच बहुत सारे दवाइयां वाले गुण हुंदे हन। ਇਹ ਜੋੜਾਂ ਦੇ ਦਰਦ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿੱਚ ਦਰਦ, ਗਠੀਆ ਅਤੇ ਆਰਥਰਾਈਟਿਸ ਦੀ ਸਮੱਸਿਆ ਹੋ ਗਈ ਹੈ, ਉਹਨਾਂ ਨੂੰ ਗੂੰਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇੱਥੇ ਆਪਾਂ 50 ਗ੍ਰਾਮ ਗੂੰਦ ਲਵਾਂਗੇ। ਹੁਣ ਆਪਾਂ ਡਰਾਈ ਫਰੂਟਸ ਲਵਾਂਗੇ। ਦੋਸਤੋ ਡਰਾਈ ਫਰੂਟਸ ਵਿੱਚ ਅਸੀਂ ਬਦਾਮ, ਕਾਜੂ ਅਤੇ ਕਿਸ਼ਮਿਸ਼ ਲੈ ਸਕਦੇ ਹਾਂ। ਇਹ ਤਿੰਨੋਂ ਚੀਜ਼ਾਂ 50-50 ਗ੍ਰਾਮ ਲੈ ਲਓ। ਹੁਣ ਤੁਹਾਨੂੰ ਦੱਸਦੇ ਹਾਂ ਇਹ ਲੱਡੂ ਬਣਾਉਣੇ ਕਿਸ ਤਰ੍ਹਾਂ ਹਨ। ਇਸ ਦੇ ਲਈ ਸਭ ਤੋਂ ਪਹਿਲਾਂ ਤਿਲ ਅਤੇ ਅਲਸੀ ਨੂੰ ਡਰਾਈ ਰੋਸਟ ਕਰ ਲਓ। ਫਿਰ ਕੜਾਹੀ ਵਿੱਚ 100 ਗ੍ਰਾਮ ਦੇਸੀ ਗਾਂ ਦਾ ਘਿਓ ਲਓ। ਇਸ ਘਿਓ ਵਿੱਚ ਡਰਾਈ ਫਰੂਟਸ ਨੂੰ ਭੁੰਨ ਲਓ ਅਤੇ ਉਸ ਤੋਂ ਬਾਅਦ ਗੂੰਦ ਨੂੰ ਵੀ ਇਸੇ ਘਿਓ ਵਿੱਚ ਭੁੰਨ ਲਓ। ਫਿਰ ਡਰਾਈ ਫਰੂਟਸ, ਗੂੰਦ, ਤਿਲ ਅਤੇ ਅਲਸੀ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਫਿਰ ਉਸੇ ਘਿਓ ਵਿੱਚ 250 ਗ੍ਰਾਮ ਆਟਾ ਭੁੰਨ ਲਓ। ਜਦੋਂ ਆਟਾ ਭੂਰੇ ਰੰਗ ਦਾ ਹੋ ਜਾਵੇ ਤਾਂ ਉਸ ਨੂੰ ਠੰਡਾ ਹੋਣ ਲਈ ਰੱਖੋ। ਫਿਰ ਗੁੜ ਦੀ ਚਾਸ਼ਨੀ ਬਣਾ ਲਓ। ਉਸ ਤੋਂ ਬਾਅਦ ਪੀਸੇ ਹੋਏ ਡਰਾਈ ਫਰੂਟਸ ਅਤੇ ਗੁੜ ਦੀ ਚਾਸ਼ਨੀ ਇਸ ਆਟੇ ਵਿੱਚ ਮਿਲਾ ਲਓ ਅਤੇ ਲੱਡੂ ਬਣਾਓ। ਫਿਰ ਇਸ ਲੱਡੂਆਂ ਨੂੰ ਕਿਸੇ ਡੱਬੇ ਵਿੱਚ ਸਟੋਰ ਕਰਕੇ ਰੱਖ ਲਓ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਨੂੰ ਖਾਣਾ ਕਿਸ ਤਰ੍ਹਾਂ ਹੈ ਅਤੇ ਕਿਹੜੇ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦੋਸਤੋ ਤੁਸੀਂ ਰੋਜ਼ਾਨਾ 2 ਲੱਡੂ ਖਾ ਸਕਦੇ ਹੋ ਅਤੇ ਉੱਪਰ ਦੀ 1 ਗਿਲਾਸ ਗਰਮ ਦੁੱਧ ਜ਼ਰੂਰ ਪੀਓ। ਇਸ ਨੂੰ ਦਿਨ ਵਿੱਚ ਕਿਸੇ ਵੀ ਸਮੇਂ ਲੈ ਸਕਦੇ ਹੋ। ਲਗਾਤਾਰ ਕੁਝ ਦਿਨ ਖਾਣ ਨਾਲ ਤੁਸੀਂ ਦੇਖੋਗੇ ਜੋੜਾਂ ਦਾ ਦਰਦ, ਲੱਤਾਂ ਅਤੇ ਪਿੰਡਲੀਆਂ ਦਾ ਦਰਦ, ਮਾਸਪੇਸ਼ੀਆਂ ਦਾ ਦਰਦ ਅਤੇ ਸਰੀਰ ਦਾ ਹਰ ਤਰ੍ਹਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ। ਇਹ ਲੱਡੂ ਖਾਣ ਨਾਲ ਤੁਹਾਡੀ ਇਮਿਊਨਿਟੀ ਵਧੇਗੀ ਜਿਸ ਨਾਲ ਸਰਦੀ, ਜ਼ੁਕਾਮ, ਵਾਇਰਲ ਬੁਖਾਰ ਜੀਆਂ ਸਮੱਸਿਆਵਾਂ ਨਹੀਂ ਹੋਣਗੀਆਂ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਵਿੱਚ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਸਮੱਸਿਆ ਹੈ ਉਹਨਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਵਿੱਚ ਗੁੜ ਮਿਲਾਇਆ ਗਿਆ ਹੈ। ਜੇ ਤੁਸੀਂ ਇਹ ਲੱਡੂ ਖਾਣਾ ਚਾਹੁੰਦੇ ਹੋ ਤਾਂ ਇਸ ਵਿੱਚ ਗੁੜ ਦਾ ਇਸਤੇਮਾਲ ਨਾ ਕਰੋ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਸਰੀਰ ਪਿੱਤ ਪ੍ਰਕਿਰਤੀ ਦਾ ਹੈ ਅਤੇ ਗਰਮ ਤਸੀਰ ਦਾ ਹੈ ਉਹਨਾਂ ਲੋਕਾਂ ਨੂੰ ਵੀ ਇਸ ਲੱਡੂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਬਵਾਸੀਰ ਦੀ ਸਮੱਸਿਆ ਹੈ ਉਹਨਾਂ ਲੋਕਾਂ ਨੂੰ ਵੀ ਇਸ ਲੱਡੂ ਦਾ ਸੇਵਨ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਨਹੀਂ ਕਰਨਾ ਚਾਹੀਦਾ। ਦੋਸਤੋ ਇਹ ਸੀ ਇੱਕ ਤਾਕਤਵਰ ਲੱਡੂ ਬਣਾਉਣ ਦੀ ਵਿਧੀ ਜਿਸ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਠੀਕ ਹੁੰਦੇ ਹਨ। ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋਵੇਗੀ। ਵੀਡੀਓ ਦੇਖਣ ਲਈ ਧੰਨਵਾਦ।